ਮੇਰੇ ਵਰਗੇ ਬੰਦੇ ਨੂੰ ਸਮਗਲਰ ਦਾ ਸ਼ਬਦ ਯੂਜ਼ ਕੀਤਾ, ਮੈਨੂੰ ਬੜਾ ਦੁੱਖ ਹੋਇਆ। ਮੈਂ ਜੇਲ੍ਹ ਕੇ ਜੋ ਆਪਾਂ ਕਹਿ ਰਹੇ ਹਾਂ ਭਗਵੰਤ ਮਾਨ ਦੇ ਖਿਲਾਫ, ਆਮ ਆਦਮੀ ਪਾਰਟੀ ਦੀ ਸਰਕਾਰ ਕਿ ਜ਼ੁਲਮ ਕਰ ਰਹੀ ਹੈ, ਧੱਕਾ ਕਰ ਰਹੀ, ਪੁਲਿਸ ਦਾ ਦੁਰ ਇਸਤੇਮਾਲ ਕਰ ਰਹੀ ਆ, ਵਿਜੀਲੈਂਸ ਦਾ ਮਿਸਯੂਜ਼ ਕਰ ਰਹੀ ਹੈ, ਇਹੀ ਗੱਲਾਂ ਅਰਵਿੰਦ ਕੇਜਰੀਵਾਲ ਅੱਜ ਜਦੋਂ ਮੈਂ ਗੱਲ ਕਰ ਰਿਹਾ ਉਹਨੂੰ ਈਡੀ ਨੇ ਸਮਨ ਕੱਢੇ ਹੋਏ ਨੇ, ਪੰਜਵਾਂ ਸਮਨ ਹੈ। ਇਹੀ ਗੱਲ ਕੇਜਰੀਵਾਲ ਦਿੱਲੀ ਦੀ ਸਰਕਾਰ, ਦੇਸ਼ ਦੀ ਸਰਕਾਰ ਦੇ ਖਿਲਾਫ ਬੋਲ ਰਿਹਾ ਕਿ ਬੀਜੇਪੀ ਹਮਾਰੇ ਸਾਥ ਬਹੁਤ ਜ਼ਿਆਦਤੀ ਕਰ ਰਹੀ ਹੈ, ਬਹੁਤ ਓਪੋਜੀਸ਼ਨ ਕੇ ਲੀਡਰਸ ਕੋ ਸਬਕੋ ਟਾਰਗੇਟ ਕਰਕੇ ਪਕੜ ਕੇ ਇਲੈਕਸ਼ਨ ਸੇ ਪਹਿਲੇ ਅੰਦਰ ਦੇ ਰਹੀ। ਔਰ ਮੈਂ ਇਸ ਦਲੀਲ ਨਾਲ ਤਾਂ ਸਹਿਮਤ ਹਾਂ ਕਿ ਈਡੀ ਤੇ ਸੀਬੀਆਈ ਦਾ ਮਿਸਯੂਜ਼ ਹੋ ਰਿਹਾ, ਦੁਰਉਪਯੋਗ ਹੋ ਰਿਹਾ ਔਰ ਓਪੋਜੀਸ਼ਨ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ। ਪਰ ਕੇਜਰੀਵਾਲ ਸਾਹਿਬ, ਤੁਸੀਂ ਇੱਥੇ ਦੱਸੋ ਕਿ ਤੁਹਾਡੀ ਸਰਕਾਰ ਇੱਥੇ ਕੀ ਕਰ ਰਹੀ ਹੈ, ਜੋ ਤੁਸੀਂ ਮੇਰੇ ਨਾਲ ਕੀਤਾ, ਤੁਸੀਂ ਜੋ ਝੂਠੇ ਮੁਕੱਦਮੇ ਬਣਾ ਕੇ ਇੱਕ ਤੋਂ ਬਾਅਦ ਇੱਕ ਬਣਾ ਕੇ ਮੈਨੂੰ 4 ਮਹੀਨੇ ਅੰਦਰ ਰੱਖਿਆ, ਤੁਹਾਡੇ ਕੋਲ ਕੋਈ ਜਵਾਬ ਹੈ ਇਸ ਗੱਲ ਦਾ? ਉੱਥੇ ਤੁਸੀਂ ਕਹਿੰਦੇ ਕਿ ਸਾਡੇ ਨਾਲ ਧੱਕਾ ਕਰ ਰਿਹਾ, ਇੱਥੇ ਆਣ ਕੇ ਤੁਸੀਂ ਮੇਰੇ ਵਰਗੇ ਬੰਦੇ ਨੂੰ ਸਮਗਲਰ ਦਾ ਸ਼ਬਦ ਯੂਜ਼ ਕੀਤਾ, ਮੈਨੂੰ ਬੜਾ ਦੁੱਖ ਹੋਇਆ। ਮੈਂ ਜੇਲ੍ਹ ਵਿੱਚ ਸੀਗਾ ਔਰ ਇਹ ਯਾਦ ਰਹੇ ਕਿ ਜਿਹੜਾ ਮੇਰੇ ਤੇ NDPS ਦਾ ਝੂਠਾ ਮੁਕੱਦਮਾ ਘੜਿਆ ਗਿਆ, ਇਹਦਾ ਆਧਾਰ 2017 ਜਦੋਂ ਮੈਂ ਲੀਡਰ ਆਫ ਓਪੋਜੀਸ਼ਨ ਸੀਗਾ ਉਦੋਂ ਘੜਿਆ ਗਿਆ ਸੀਗਾ। ਮੈਂ ਪਾਰਟੀ ਲਈ ਲੜਦੇ ਮੈਂ ਅੱਜ ਇਸ ਕੇਸ ਵਿੱਚ ਪਹੁੰਚਿਆ। ਉਸ ਵੇਲੇ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਚ ਆਣ ਕੇ ਮੇਰੀ ਹਿਫਾਜ਼ਤ ਕੀਤੀ ਸੀ, ਸ਼ਰੇਆਮ ਕਿਹਾ ਸੀ ਕਿ ਜਿਹੜਾ NDPS ਦਾ ਮੁਕੱਦਮਾ ਖੇਰੇ ਤੇ ਝੂਠਾ ਬਣਾਇਆ ਜਾ ਰਿਹਾ, ਉਸੇ ਮੁਕੱਦਮੇ 'ਚ ਹੀ ਮੈਨੂੰ ਫੜ ਕੇ ਇਹਨਾਂ ਨੇ ਜਿਹੜਾ ਹੈਗਾ ਇਸ ਮੁਕੱਦਮੇ 'ਚ ਫਾਲਸਲੀ ਇੰਪਲੀਕੇਟ ਕੀਤਾ। ਸੋ ਅਗਰ ED ਕਰੇ ਤਾਂ ਉਹ ਬਦਲਾਖੋਰੀ ਆ ਔਰ ਤੁਸੀਂ ਕੱਟੜ ਇਮਾਨਦਾਰ ਆ, ਹਾਲਾਂਕਿ ਤੁਹਾਡੇ ਬੰਦੇ ਮਨੀਸ਼ ਸਿਸੋਡੀਆ ਅਤੇ ਸਤਿੰਦਰ ਜੈਨ ਪਿਛਲੇ 1.5 ਸਾਲ ਤੋਂ ਜੇਲ੍ਹ ਵਿੱਚ ਨੇ, ਉਹਨਾਂ ਨੂੰ ਸੁਪਰੀਮ ਕੋਰਟ ਨੇ ਉਹਨਾਂ ਦੀਆਂ ਜ਼ਮਾਨਤਾਂ ਰਿਜੈਕਟ ਕਰਤੀਆਂ ਔਰ ਜ਼ਮਾਨਤ ਰਿਜੈਕਟ ਕਰਦੇ ਇੱਕ ਆਬਜ਼ਰਵੇਸ਼ਨ ਕੀਤੀ ਸੁਪਰੀਮ ਕੋਰਟ ਨੇ ਕਿ ਜਿਹੜਾ ਸ਼ਰਾਬ ਘੁਟਾਲਾ, ਤੁਹਾਡਾ 338 ਕਰੋੜ ਦੀ ਮਨੀ ਟ੍ਰੇਲ ਇਸਟੈਬਲਿਸ਼ ਹੋ ਰਹੀ ਆ, ਅਤੇ ਮੈਨੂੰ ਤਾਂ 4 ਮਹੀਨੇ ਤੋਂ ਥੋੜ੍ਹੇ ਘੱਟ ਸਮੇਂ ਦੇ ਵਿੱਚ ਮੈਨੂੰ ਜ਼ਮਾਨਤ ਮਿਲ ਗਈ ਹੈ ਔਰ ਮੇਰੀ ਜ਼ਮਾਨਤ ਕੈਂਸਲ ਕਰਾਉਣ ਲਈ ਭਗਵੰਤ ਮਾਨ ਨੇ ਬਹੁਤ ਹਫੜਾ ਦਫੜੀ ਵਿੱਚ 25-25 ਲੱਖ ਰੁਪਏ ਇੱਕ ਦਿਹਾੜੀ 'ਤੇ ਫੀਸ ਲੈਣ ਵਾਲੇ 2 ਪ੍ਰਾਈਵੇਟ ਵਕੀਲ ਖੜੇ ਕੀਤੇ, 200 ਵਕੀਲਾਂ ਦੀ ਫੌਜ ਛੱਡ ਕੇ, ਜਿਹੜਾ ਕਹਿੰਦਾ ਸੀ ਮੈਂ ਮੁਖਤਾਰ ਅੰਸਾਰੀ ਦੇ ਕੇਸ ਵਿੱਚ ਕਾਂਗਰਸ ਵੇਲੇ ਕੈਪਟਨ ਤੋਂ ਖਰਚੇ 55 ਲੱਖ ਵਾਪਸ ਕਰਾਉਣਾ, ਮੇਰੇ ਤਾਂ 4-5 ਕਰੋੜ ਰੁਪਏ ਖਰਚਤਾ। ਸੋ ਤੁਸੀਂ ਇਹ ਦੋਗਲੀਆਂ ਗੱਲਾਂ ਕਿਉਂ ਕਰ ਰਹੇ ਹੋ? ਇੱਕ ਪਾਸੇ ਉੱਥੇ ਸ਼ੋਰ ਮਚਾ ਰਹੇ ਹੋ ਅਤੇ ਉਹੀ ਕੰਮ ਤੁਸੀਂ ਪੰਜਾਬ ਪੁਲਿਸ ਦਾ ਅਤੇ ਵਿਜੀਲੈਂਸ ਦੇ ਥਰੂ ਆਪਣੇ ਵਿਰੋਧੀਆਂ ਨੂੰ, ਜਿਹੜਾ ਵੀ ਬੋਲਦਾ, ਮਤਲਬ ਕੋਈ ਬੋਲੇ, ਚਾਹੇ ਉਹ ਕਾਂਗਰਸ 'ਚੋਂ ਬੋਲੇ, ਚਾਹੇ ਕੋਈ ਅਕਾਲੀ ਦਲ 'ਚੋਂ ਬੋਲੇ, ਚਾਹੇ ਕੋਈ ਐਕਟਿਵਿਸਟ ਬੋਲੇ, ਚਾਹੇ ਕੋਈ ਹੋਰ ਕਿਸੇ ਪਾਰਟੀ ਦਾ, ਦਿਸ ਇਜ਼ ਵੈਰੀ